अज तुहानू जिहड़ी वीडियो दिखाण जा रहे हां खन्ना दे बिल्कुल नज़दीक पैंदा पिंड दवाला उत्थे पहुंचे हां। बड़ा ही वधिया लग्या कि इन्नियां पुराणियां संभाल के रखना, अपने सभ्याचार नू संभाल के रखना बड़ी वड्डी गल है। ਕਿੰਨੇ ਕ ਸਾਲ ਪੁਰਾਣਾ ਜਿਹੜਾ ਹੈਗਾ ਸਾਈਕਲ ਲੱਕੜੀ ਦਾ ਇਹ? ਹਾਂਜੀ ਇਹ 47 ਤੋਂ ਪਹਿਲਾਂ ਹੁੰਦਾ ਜੀ ਆਪਣੇ ਇਹ। ਅੱਛਾ ਹਾਂਜੀ ਜਦ ਬਣੇ ਇਕੱਠੇ ਦੀ ਮੁਲਕ ਪਾਕਿਸਤਾਨ ਤੇ ਇੰਡੀਆ। ਹਾਂਜੀ ਉਦੋਂ ਦਾ ਇਹ ਸਾਈਕਲ। ਤੇ ਇਹ ਫਿਰ ਸਾਈਕਲ ਬੜਾ ਪੁਰਾਣਾ, ਇਹ ਕਿੱਥੋਂ ਤੁਸੀਂ ਲਿਆਦਾ ਫਿਰ ਲੱਭ ਗਏ? ਇਹ ਸਾਡੇ ਇੱਥੇ ਨਾਲੇ ਪਿੰਡ ਆ ਜਿਲ੍ਹਾ ਉਹਦਾ, ਉੱਥੇ ਦਾ ਬੰਦਾ ਰੇਲਵੇ ਲਗਾਈ ਜਦ ਆਪਣੇ ਇੰਡੀਆ ਤੇ ਪਾਕਿਸਤਾਨ ਇਕੱਠਾ ਸੀ। ਲੋਕ ਮੰਗਦੇ ਹੋਣਗੇ ਵੀ ਸਾਨੂੰ ਦੇ ਦੇ, ਸਾਨੂੰ ਵੇਚ ਦਿਓ। ਹਾਂਜੀ ਮੰਗਦੇ ਤਾਂ ਬਹੁਤ ਨੇ ਬੰਦੇ ਆਪਣੇ, ਇੱਕ ਲੁਧਿਆਣੇ ਤੋਂ ਆਇਆ ਦੀ ਬੰਦਾ ਆਪਣੇ। ਅੱਛਾ ਉਹਦੇ ਕੋਲ ਪੁਰਾਣੀਆਂ ਗੱਡੀਆਂ ਵੀ ਖੜੀਆਂ ਨੇ, ਮੋਟਰਸਾਈਕਲ ਖੜੇ ਨੇ। ਉਹ ਕਹਿੰਦੇ ਜਿਹੜੀ ਚੀਜ਼ ਨੂੰ ਹੱਥ ਲਾ ਦੇਂਗੇ ਵੀ ਉਹ ਚੀਜ਼ ਲੈ ਲਾ ਮੇਰੇ ਤੋਂ, ਪਰ ਮੈਨੂੰ ਇਹ ਸਾਈਕਲ ਦੇ ਦੇ। ਹਾਂਜੀ ਸ਼ੌਂਕ ਕਰਕੇ ਆਪਣੇ ਵੇਚਿਆ ਨਹੀਂ ਗਿਆ ਆਪਣੇ। ਸ਼ੌਂਕ ਫਿਰ ਤੁਹਾਨੂੰ ਕਿਵੇਂ ਜਾਗਿਆ ਵੀ ਇੰਨਾ ਆਪਾਂ ਪੁਰਾਣਾ ਸਮਾਨ ਜਿਹੜਾ ਹੈਗਾ ਸੰਭਾਲ ਕੇ ਰੱਖੀਏ? ਹਾਂਜੀ ਸ਼ੌਂਕ ਇਸ ਤਰ੍ਹਾਂ ਦੀ, ਮੈਨੂੰ ਇੱਕ ਕੁਆਇਨ ਲੱਭੇ ਦੀ ਆਪਣੇ ਖੇਤ 'ਚੋਂ ਕੰਮ ਕਰਦੇ ਨੂੰ, ਉਦੋਂ ਤੋਂ ਮੈਨੂੰ ਇਹ ਸ਼ੌਂਕ ਜਿਹਾ ਪੈ ਗਿਆ ਸੀ ਵੀ ਮੈਂ ਚੀਜ਼ਾਂ ਆਪਣੀ ਪੁਰਾਣੀ ਚੀਜ਼ਾਂ ਨੂੰ ਵੀ ਸਾਂਭ ਕੇ ਰੱਖਾਂ ਵੀ ਆਉਣ ਵਾਲੀ ਪੀੜ੍ਹੀ ਦੇਖ ਸਕੇ ਇਹ ਚੀਜ਼ਾਂ ਨੂੰ। ਕਿੰਨਾ ਕੁ ਸਮਾਂ ਲੱਗ ਗਿਆ ਤੁਸੀਂ ਇੰਨਾ ਅਸੀਂ ਸਮਾਨ ਦੇਖ ਰਹੇ ਤੁਹਾਡਾ ਤਾਂ ਘਰ ਜਿਹੜਾ ਹੈਗਾ ਕਮਰਾ ਪੂਰੀ ਤਰ੍ਹਾਂ ਨਾਲ ਸਜਾਵਟ ਕੀਤੀ ਹੋਈ ਹੈ ਪੁਰਾਤਨ ਸਮੇਂ ਦੀ ਜਿਹੜੀ ਚੀਜ਼ਾਂ ਨੇ ਅਤੇ ਬਾਹਰ ਵੀ ਕਾਫੀ ਸਮਾਨ ਪਿਆ, ਇਹਨੂੰ ਫਿਰ ਕਿੰਨਾ ਕੁ ਸਮਾਂ ਲੱਗ ਗਿਆ ਤੁਹਾਨੂੰ ਇਕੱਠਾ ਕਰਦੇ ਹੋ? ਉਹ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ 20-21 ਸਾਲ ਹੋ ਗਏ ਮੈਨੂੰ ਆਪਣੇ, 21-22 ਸਾਲ ਹੋ ਗਏ ਜੀ ਆਪਣੇ ਲੱਗੇ ਨੂੰ ਇਹਨੂੰ ਸਮਾਨ ਇਕੱਠੇ ਕਰਦੇ ਨੂੰ। ਮੈਨੂੰ ਯਾਦ ਹੈ ਕਿ ਅਸੀਂ, ਮੈਂ ਉਸ ਸਮੇਂ 8-9 ਸਾਲ ਦਾ ਹੁੰਦਾ ਸੀ, ਇਹ ਉਸ ਸਮੇਂ ਦਾ ਟੀ ਵੀ ਲੱਗ ਰਿਹਾ, ਸ਼ਟਰ ਵਾਲਾ ਟੀ ਵੀ ਕਹਿੰਦੇ ਸੀਗੇ ਜਾਂ ਮੈਨੂੰ ਲੱਗਦਾ ਟਿਊਬਾਂ ਵਾਲਾ ਟੀ ਵੀ ਵੀ ਇਹਨੂੰ ਕਿਹਾ ਜਾਂਦਾ ਸੀਗਾ। ਅਤੇ ਇਹਨੂੰ ਜਦੋਂ ਆਪਾਂ ਉਸ ਸਮੇਂ ਰਮਾਇਣ ਮਹਾਂਭਾਰਤ ਚੱਲਦੇ ਹੁੰਦੇ ਸੀਗੇ, ਸੰਨ 87-88 ਦੀਆਂ ਸ਼ਾਇਦ ਗੱਲਾਂ ਹੋਣੀਆਂ, ਇਹਨੂੰ ਕਹਿੰਦੇ ਕਿ ਤਕਰੀਬਨ 5 ਮਿੰਟ ਇਹਨੂੰ ਪਹਿਲਾਂ ਔਨ ਕਰਨਾ ਪੈਂਦਾ ਸੀ ਤਾਂ ਉਸ ਤੋਂ ਬਾਅਦ ਇਹਦੀ ਫੋਟੋ ਜਿਹੜੀ ਆਉਂਦੀ ਸੀ, ਉੱਤੇ ਛੱਤ 'ਤੇ ਐਂਟੀਨਾ ਵੀ ਲੱਗਦਾ ਸੀਗਾ। ਲਾਇਸੈਂਸ ਰੇਡੀਓ ਦਾ ਇਹ ਮੈਨੂੰ ਸਮਝ ਨਹੀਂ ਆਈ ਗੱਲ। ਹਾਂਜੀ ਜਿਹੜੇ ਉਹ ਟਿਊਬਾਂ ਰੇਡੀਓ ਹੁੰਦੇ ਸੀ ਪਹਿਲਾਂ ਆਪਣੇ ਜੀ, ਹਾਂਜੀ ਉਹਨਾਂ ਦਾ ਲਾਇਸੈਂਸ ਬਣਦਾ ਹੁੰਦਾ ਸੀ, ਲਾਇਸੈਂਸ ਬਣ ਕੇ 2 ਰੁਪਏ ਦਾ ਬਣਦਾ ਹੁੰਦਾ ਸੀ ਆਪਣੇ ਜੀ, ਫਿਰ ਉਹ ਚੱਲਦਾ ਸੀ ਆਪਣੇ। ਨਹੀਂ ਜੇ ਲਾਇਸੈਂਸ ਨਹੀਂ ਹੁੰਦਾ ਸੀ ਫਿਰ ਕੀ ਰੇਡੀਓ ਚੱਲਦਾ ਨਹੀਂ ਸੀਗਾ? ਚੱਲਦਾ ਨਹੀਂ ਸੀ ਫਿਰ ਹੁਣ ਜੀ, ਨਾ ਹੁਣ ਚਲਾ ਸਕਦਾ ਸੀ ਕੋਈ ਆਪਣੇ ਚੋਰੀ। ਅੱਛਾ ਹਾਂਜੀ ਬਿਲਕੁਲ, ਉਹਦਾ ਆਪਣੇ ਸਜ਼ਾ ਤੀ ਆਪਣੇ। ਇਹ ਵੀ 70-80 ਸਾਲ ਪੁਰਾਣਾ ਜੀ ਆਪਣੇ। ਅੱਛਾ ਹਾਂਜੀ ਪਹਿਲਾਂ ਮੰਜੇ ਇਹੀ ਹੁੰਦਾ ਸੀ ਆਪਣੇ, ਪਾਵੇ ਦੇਖੋ ਜੀ ਇਹਨਾਂ ਦੇ ਕਿਸ ਤਰ੍ਹਾਂ ਦੇ। ਖਿਡੌਣੇ ਹੁੰਦੇ ਸੀ ਆਪਣੇ ਮੇਲੇ ਮੁਲਿਆਂ ਤੋਂ, ਆਮ ਮਿਲਦੇ ਦੁਕਾਨਾਂ ਤੋਂ, ਇਹੀ ਖਿਡੌਣੇ ਹੁੰਦੇ ਸੀ ਆਪਣੇ ਜੀ। ਇੱਕ ਹੋਰ ਪਿਆ ਪ੍ਰਤਾਪਾ ਜੀ, ਇਸ ਤਰ੍ਹਾਂ ਚੱਲਦਾ ਜੀ। ਮਾਡਰਨ ਬੱਚੇ ਦੇ ਅੱਜ ਕੱਲ੍ਹ ਦੇ ਮੋਬਾਈਲਾਂ ਦੇ ਵਿੱਚ ਗੇਮਾਂ ਖੇਡੀ ਜਾਂਦੇ ਨੇ ਜਾਂ ਹੋਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ, ਜਾਂ ਕਾਰਟੂਨ ਦੇਖ ਲਏ, ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਹੋਵੇ ਆਹ ਗੇਮਾਂ ਬਾਰੇ। ਹਾਂਜੀ ਇਹ ਗੇਮਾਂ ਬਾਰੇ ਬਿਲਕੁਲ ਨਹੀਂ ਪਤਾ ਜੀ ਉਹਨਾਂ ਨੂੰ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਲਖਵਿੰਦਰ ਲੱਕੀ। ਦਰਸ਼ਕੋ ਇਹ ਕਿਹਾ ਜਾਂਦਾ ਹੈ ਕਿ ਸਭ ਤੋਂ ਅਮੀਰ ਇਸ ਸਮੇਂ ਭਾਰਤ ਦੇ ਵਿੱਚ ਅੰਬਾਨੀ ਜਾਂ ਅੰਡਾਨੀ ਨੇ, ਲੇਕਿਨ ਮੈਂ ਇਹ ਸਮਝਦਾ ਕਿ ਅਮੀਰ ਬੰਦੇ ਉਹ ਨੇ ਜਿਹੜੇ ਆਪਣਾ ਵਿਰਸਾ ਸੰਭਾਲ ਕੇ ਰੱਖਦੇ ਨੇ। ਐਸੇ ਲੋਕ ਬਹੁਤ ਘੱਟ ਮਿਲਣਗੇ ਜੋ ਆਪਣੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਨੂੰ ਸੰਭਾਲ ਕੇ ਰੱਖਣਗੇ। ਬਿਲਕੁਲ ਇਸੇ ਤਰ੍ਹਾਂ ਦੀ ਅੱਜ ਤੁਹਾਨੂੰ ਜਿਹੜੀ ਵੀਡੀਓ ਦਿਖਾਉਣ ਜਾ ਰਹੇ ਹਾਂ, ਖੰਨਾ ਦੇ ਬਿਲਕੁਲ ਨਜ਼ਦੀਕ ਪੈਂਦਾ ਪਿੰਡ ਦਵਾਲਾ ਉੱਥੇ ਪਹੁੰਚੇ ਹਾਂ। ਸਾਨੂੰ ਪਤਾ ਲੱਗਿਆ ਕਿ ਇੱਥੇ ਇੱਕ ਭਾਈ ਸਾਹਿਬ ਨੇ ਬੜੇ ਪੁਰਾਤਨ ਸਮੇਂ ਦੀਆਂ ਚੀਜ਼ਾਂ ਸੰਭਾਲ ਕੇ ਰੱਖੀਆਂ ਨੇ। ਬੜਾ ਹੀ ਵਧੀਆ ਲੱਗਿਆ ਕਿ ਇੰਨੀਆਂ ਪੁਰਾਣੀਆਂ ਸੰਭਾਲ ਕੇ ਰੱਖਣਾ, ਆਪਣੇ ਸੱਭਿਆਚਾਰ ਨੂੰ ਸੰਭਾਲ ਕੇ ਰੱਖਣਾ ਬੜੀ ਵੱਡੀ ਗੱਲ ਹੈ, ਕਿਉਂਕਿ ਬਹੁਤ ਅੱਜ ਕੱਲ੍ਹ ਦੀ ਜਿਹੜੀ ਰੁਝੇਵਿਆਂ ਭਰੀ ਜ਼ਿੰਦਗੀ ਹੈ, ਲੋਕਾਂ ਨੂੰ ਆਪਣੇ ਕੰਮਾਂ ਕਾਰਾਂ ਤੋਂ ਵਿਹਲੀ, ਲੇਕਿਨ ਇਸ ਭਾਈ ਸਾਹਿਬ ਨੇ ਸੱਭਿਆਚਾਰ ਨਾਲ ਜੁੜੀ ਹਰ ਚੀਜ਼ ਜਿਹੜੀ ਹੈਗੀ ਸੰਭਾਲ ਕੇ ਰੱਖੀ ਹੈ। ਘਰ ਦੇ ਅੰਦਰ ਚੱਲਦੇ ਹਾਂ, ਨਾਲ ਨਾਲ ਤੁਹਾਨੂੰ ਜਿਹੜੀ ਹੈਗੀ ਚੀਜ਼ਾਂ ਦਿਖਾਈ ਜਾਵਾਂਗੇ, ਕਿਹੜੇ ਕਿਹੜੇ ਉਹਨਾਂ ਨੇ ਸੱਭਿਆਚਾਰ ਨਾਲ ਜੁੜੀਆਂ ਚੀਜ਼ਾਂ ਦਿਖਾਈਆਂ ਨੇ। ਆਹ ਸਭ ਤੋਂ ਪਹਿਲਾਂ ਜਿਹੜਾ ਤੁਹਾਨੂੰ ਸਾਈਕਲ ਦਿਖਾਉਣ ਜਾ ਰਹੇ ਹਾਂ, ਲੱਕੜੀ ਦਾ ਸਾਈਕਲ ਹੈ ਇਹ। ਇਹ ਉਸ ਸਮੇਂ ਦਾ ਕਾਫੀ ਸਾਲ ਤਕਰੀਬਨ ਪੁਰਾਣਾ, ਜਦੋਂ ਕਹਿੰਦੇ ਇਨਸਾਨ ਨੇ ਸਭ ਤੋਂ ਪਹਿਲਾਂ ਆਵਾਜਾਈ ਲਈ ਪਹੀਏ ਦੀ ਖੋਜ ਕੀਤੀ ਅਤੇ ਉਸ ਤੋਂ ਬਾਅਦ ਸਾਈਕਲ ਦੀ ਖੋਜ ਹੋਈ। ਇਹ ਉਹ ਸਾਈਕਲ ਆ ਉਸ ਸਮੇਂ ਲੱਕੜੀ ਦਾ ਦੱਸਿਆ ਜਾਂਦਾ ਕਿ ਸਾਈਕਲ ਚਲਾਇਆ ਜਾਂਦਾ ਸੀਗਾ। ਤਾਂ ਇਸ ਘਰ ਦੇ ਵਿੱਚ ਜਿਹੜੇ ਤਸ਼ਵਿੰਦਰ ਸਿੰਘ ਜੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਇਸ ਤਰ੍ਹਾਂ ਦੀ ਹੋਰ ਵੀ ਉਹਨਾਂ ਨੇ ਘਰ ਦੇ ਵਿੱਚ ਚੀਜ਼ਾਂ ਸੰਭਾਲ ਕੇ ਰੱਖੀਆਂ ਹੋਈਆਂ ਨੇ।
ਤਸ਼ਵਿੰਦਰ ਜੀ ਸਾਡੇ ਨਾਲ ਹੋਣਗੇ। ਤਸ਼ਵਿੰਦਰ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਵੀਰ ਜੀ। ਭਾਅ ਜੀ ਤੁਹਾਡਾ ਸਾਈਕਲ ਦੇਖ ਰਹੇ ਹਾਂ, ਕਿੰਨੇ ਕੁ ਸਾਲ ਪੁਰਾਣਾ ਜਿਹੜਾ ਹੈਗਾ ਸਾਈਕਲ ਲੱਕੜੀ ਦਾ ਇਹ? ਹਾਂਜੀ, ਇਹ 47 ਤੋਂ ਪਹਿਲਾਂ ਦਾ ਜੀ ਆਪਣੇ ਇਹ। ਅੱਛਾ। ਹਾਂਜੀ, ਜਦ ਬਣੇ ਇਕੱਠਾ ਹੀ ਦੇ ਮੁਲਕ ਪਾਕਿਸਤਾਨ ਅਤੇ ਇੰਡੀਆ। ਹਾਂਜੀ, ਉਦੋਂ ਦਾ ਸਾਈਕਲ ਜੀ। ਨਹੀਂ, ਅੱਜ ਕੱਲ੍ਹ ਤਾਂ ਬੜੇ ਮਾਡਰਨ ਜਿਹੇ ਸਾਈਕਲ ਆ ਗਏ, ਗੱਲ ਕਰੀਏ ਗੇਅਰਾਂ ਵਾਲੇ ਸਾਈਕਲ ਹੋ ਗਏ ਜਾਂ ਹੋਰ ਤਰ੍ਹਾਂ ਤਰ੍ਹਾਂ ਦੇ ਬੜੇ ਮਾਡਰਨ ਜਿਹੇ ਸਾਈਕਲ ਹੋ ਗਏ, ਅਤੇ ਇਹ ਫਿਰ ਸਾਈਕਲ ਬੜਾ ਪੁਰਾਣਾ, ਇਹ ਕਿੱਥੋਂ ਤੁਸੀਂ ਲਿਆਦਾ ਫਿਰ ਲੱਭਗੇ? ਇਹ ਸਾਡੇ ਇੱਥੇ ਨਾਲੇ ਪਿੰਡ ਆ ਜਿਲ੍ਹਾ ਉਹਦਾ, ਉੱਥੇ ਦਾ ਬੰਦਾ ਰੇਲਵੇ ਲਗਾ ਦੀ ਜਦ ਆਪਣੇ ਇੰਡੀਆ ਅਤੇ ਪਾਕਿਸਤਾਨ ਇਕੱਠਾ ਸੀ, ਉਹਨੇ ਲਾਹੌਰ ਤੋਂ ਲਿਆਂਦਾ ਸੀ ਇਹ ਆਪਣੇ ਜੀ, ਉਹਨਾਂ ਤੋਂ ਫਿਰ ਮੈਂ ਲੈ ਕੇ ਆਉਂਦਾ ਜੀ ਆਪਣੇ। ਅੱਛਾ, ਚਲਾਉਣ ਦੀ ਗੱਲ ਕਰੀਏ, ਹਰ ਬੰਦਾ ਚਲਾ ਸਕਦਾ ਇਹਨੂੰ ਆਰਾਮ ਨਾਲ ਫਿਰ? ਨਹੀਂ, ਇਹਦਾ ਚੱਕਾ ਨਾ ਵੱਡਾ, ਆਪਣੇ ਵੱਡੇ ਚੱਕੇ ਕਰਕੇ ਉੱਚਾ ਵੀ ਹੈਗਾ, ਇਹਦੇ ਕਰਕੇ ਲੰਬੀ ਲੱਤਾਂ ਥੋੜ੍ਹਾ ਜਿਹਾ ਚਲਾ ਸਕਦਾ ਬੰਦਾ, ਜਾਣੀ ਔਖਾ ਚੱਲਦਾ ਥੋੜ੍ਹਾ ਜਿਹਾ। ਹਾਂਜੀ, ਆਮ ਤੌਰ 'ਤੇ ਦੋਨੇ ਟਾਇਰ ਜਿਹੜੇ ਆਪਾਂ ਨਵੇਂ ਸਾਈਕਲ ਦੇਖਦੇ ਹਾਂ ਬਰਾਬਰ ਹੁੰਦੇ ਨੇ, ਪਰ ਇਹਦਾ ਅਗਲਾ ਜਿਹੜਾ ਚੱਕਾ ਹੈਗਾ ਥੋੜ੍ਹਾ ਜਿਹਾ ਵੱਡਾ ਪਿਛਲੇ ਦੇ ਮੁਕਾਬਲੇ। ਹਾਂਜੀ, ਉਹ ਇਸ ਤਰ੍ਹਾਂ ਦੀ ਵੀ ਲਾਇਆ ਵੀ ਇਹਨੂੰ ਚੱਕਰ ਵੀ ਜ਼ਿਆਦਾ ਬਣ ਜਾਣੇ ਇਹਦੇ, ਇਸ ਕਰਕੇ ਮੂਹਰੇ ਇਹਨੇ ਵੱਡਾ ਚੱਕਰ ਲਾਇਆ ਸੀ, ਮਗਰ ਛੋਟਾ ਜੀ ਆਪਣੇ। ਹਾਂਜੀ, ਤਾਂ ਅੰਦਰ ਚੱਲਦੇ ਹਾਂ, ਹੋਰ ਵੀ ਇਸ ਤਰ੍ਹਾਂ ਦੀਆਂ ਤਰ੍ਹਾਂ ਤਰ੍ਹਾਂ ਦੀਆਂ ਚੀਜ਼ਾਂ ਨੇ। ਇਹ ਸਾਈਕਲ ਉਸ ਸਮੇਂ ਦਾ ਜਦੋਂ ਕਹਿੰਦੇ ਪਹਿਲਾਂ ਵਾਰੀ ਜਿਹੜਾ ਹੈਗਾ ਸਾਈਕਲ ਲੱਕੜੀ ਦਾ ਸਾਈਕਲ ਆਇਆ ਸੀਗਾ, ਉਸ ਤੋਂ ਬਾਅਦ ਅਤੇ ਇੱਕ ਚੀਜ਼ ਦਿਮਾਗ 'ਚ ਹੋਰ ਰਹਿ ਗਈ ਪੁੱਛਣੀ, ਭਾਅ ਜੀ ਕਿੰਨੇ ਦਾ ਲਿਆ ਸੀ ਫਿਰ ਵਾਲਾ ਸਾਈਕਲ ਤੁਸੀਂ? ਇਹਦਾ ਸਸਤਾ ਹੀ ਲੈ ਦੀ ਜਾਂ ਆਪਣੇ ਜੀ, 1500 ਰੁਪਏ ਦਾ ਦਿੱਤਾ ਜੀ ਉਹਨੇ, ਜਾਣੀ ਦਿੱਤਾ ਤਾਂ ਔਖਾ ਹੀ ਆਪਣੇ ਬਹੁਤ। ਅੱਛਾ, ਹਾਂ ਬੰਦਿਆਂ ਵਿੱਚ ਪਾ ਕੇ ਆਪਣੇ ਫੇਰ ਲਿਆ ਤੀ ਇਹ ਆਪਣੇ, ਜਾਣੀ ਬਹੁਤ ਔਖੇ ਹੀ ਫੜਾਏ ਤੀ ਉਹਨੇ 1500 ਰੁਪਏ ਵੀ ਆਪਣੇ। ਅੱਛਾ, ਹਾਂਜੀ। ਇਹਦੇ ਲੱਕੜੀ ਦਾ ਜਿਵੇਂ ਹੈਗਾ, ਇਹਨੂੰ ਸਿਉਂਕ ਵਗੈਰਾ ਨਹੀਂ ਫਿਰ ਲੱਗਦੀ ਹੈਗੀ? ਹਾਂਜੀ, ਸਿਉਂਕ ਤਾਂ ਲੱਗਦੀ ਹੈ ਆਪਣੇ, ਫਿਰ ਇਹਨੂੰ ਦਵਾਈਆਂ ਆਪਣੇ ਲਾਉਂਦੇ ਹਾਂ ਜੀ, ਸਿਉਂਕ ਵਾਲੀ ਦਵਾਈ ਲਾ ਦਿੰਦੇ ਹਾਂ ਜੀ। ਅੱਛਾ, ਹਾਂਜੀ, ਇਹਦੇ ਕਰਕੇ ਬਚਿਆ ਜੀ ਆਪਣੇ ਇਹ। ਤੁਸੀਂ ਲਾ ਲੈਂਦੇ ਹੋ ਤਾਂ ਗੇੜੀ ਗੁੜੀ ਫਿਰ? ਹਾਂਜੀ, ਮੈਂ ਚਲਾ ਲੈਂਦਾ ਜੀ ਆਪਣੇ, ਹੋਰ ਬੱਚਿਆਂ ਤੋਂ ਨਹੀਂ ਜਾਣੀ ਚੱਲਦਾ ਆਪਣੇ ਇਹਦਾ। ਅੱਛਾ, ਹਾਂਜੀ। ਲੋਕ ਮੰਗਦੇ ਹੋਣਗੇ ਵੀ ਸਾਨੂੰ ਦੇ ਦੇ, ਸਾਨੂੰ ਵੇਚ ਦਿਉ? ਹਾਂਜੀ, ਮੰਗਦੇ ਤਾਂ ਬਹੁਤ ਨੇ ਜੀ ਬੰਦੇ ਆਪਣੇ, ਇੱਕ ਲੁਧਿਆਣੇ ਤੋਂ ਆਇਆ ਸੀ ਬੰਦਾ ਆਪਣੇ। ਅੱਛਾ, ਉਹਦੇ ਕੋਲ ਪੁਰਾਣੀਆਂ ਗੱਡੀਆਂ ਵੀ ਖੜੀਆਂ ਨੇ, ਮੋਟਰਸਾਈਕਲ ਖੜੇ ਨੇ, ਉਹ ਕਹਿੰਦੇ ਜਿਹੜੀ ਚੀਜ਼ ਨੂੰ ਹੱਥ ਲਾ ਦੇਵੇ ਉਹ ਚੀਜ਼ ਲੈ ਲਾ ਮੈਤੋਂ, ਪਰ ਮੈਨੂੰ ਇਹ ਸਾਈਕਲ ਦੇ ਦੇ। ਠੀਕ ਹੈ, ਹਾਂਜੀ, ਸ਼ੌਂਕ ਕਰਕੇ ਆਪਣੇ ਵੇਚਿਆ ਨਹੀਂ ਗਿਆ ਆਪਣੇ। ਹਾਂਜੀ, ਤਾਂ ਅੰਦਰ ਚੱਲਦੇ ਹਾਂ, ਇਹ ਉਹ ਕਮਰੇ ਦੇ ਵਿੱਚ ਭਾਈ ਸਾਹਿਬ ਨੇ, ਤਸ਼ਵਿੰਦਰ ਸਿੰਘ ਜੀ ਵੜੈਚ ਨੇ, ਇਹਨਾਂ ਨੇ ਹਰ ਤਰ੍ਹਾਂ ਦਾ ਇੱਥੇ ਜਿਹੜਾ ਹੈਗਾ ਪ੍ਰਾਤਨ ਸਮੇਂ ਜੇ ਜੋ ਚੀਜ਼ਾਂ ਅਲੋਪ ਹੋ ਚੁੱਕੀਆਂ ਨੇ ਆਪਣੇ ਸਾਡੇ ਜਿਹੜੇ ਪੁਰਖ ਸੀਗੇ ਦਾਦੇ ਪੜਦਾਦੇ ਉਸ ਸਮੇਂ ਦੀਆਂ ਚੀਜ਼ਾਂ ਨੇ, ਸ਼ਾਇਦ ਹੋ ਸਕਦਾ ਉਹਨਾਂ ਤੋਂ ਵੀ ਪੁਰਾਤਨ ਸਮੇਂ ਦੀਆਂ ਜਿਹੜੀ ਚੀਜ਼ਾਂ ਨੇ ਇੱਥੇ ਤੁਸੀਂ ਇੱਕ ਕਮਰੇ 'ਚ ਦੇਖ ਸਕਦੇ ਹੋ। ਸਭ ਤੋਂ ਪਹਿਲਾਂ ਦੇਖੋ, ਆਹ ਦੇਖੋ ਗਾਗਰ, ਠੀਕ ਹੈ, ਉਸ ਸਮੇਂ 'ਚ ਜਿਹੜਾ ਇਹਦੇ 'ਚ ਪਾਣੀ ਗਰਮ ਕਰਕੇ ਰੱਖਿਆ ਜਾਂਦਾ ਸੀਗਾ, ਅੱਜ ਕੱਲ੍ਹ ਤਾਂ ਚਲੋ ਫਰਿੱਜ ਆ ਗਏ ਜਾਂ ਹੋਰ ਚੀਜ਼ਾਂ ਆ ਗਈਆਂ, ਆਹ ਚੱਕੀ ਆ ਗਈ, ਉਸ ਸਮੇਂ 'ਚ ਕਹਿੰਦੇ ਚੱਕੀ ਚਲਾਈ ਜਾਂਦੀ ਸੀ, ਇਹ ਚੱਕੀ ਘਰਾਂ ਦੇ ਵਿੱਚ ਆਮ ਤੌਰ 'ਤੇ, ਹੁਣ ਤਾਂ ਜਿਹੜੀ ਹੈਗੀ ਆ ਆਟਾ ਚੱਕੀ ਆ ਗਈਆਂ ਬਿਜਲੀ ਨਾਲ ਚੱਲਣ ਵਾਲੀਆਂ, ਅਤੇ ਇਹ ਉਸ ਸਮੇਂ ਦੀ ਚੱਕੀ ਹੈ ਜਿੱਥੇ ਹੱਥ ਨਾਲ ਕਾਫੀ ਜ਼ੋਰ ਕਹਿੰਦੇ ਇਹਦੇ ਨਾਲ ਲੱਗਦਾ ਹੁੰਦਾ ਸੀਗਾ, ਤਾਂ ਤਰ੍ਹਾਂ ਤਰ੍ਹਾਂ ਦੀਆਂ ਇੱਥੇ ਚੀਜ਼ਾਂ ਨੇ, ਆਹ ਮੱਟ ਹੋ ਗਿਆ, ਆ ਤਰਪਾਈ ਹੋ ਗਈ, ਤੌੜੀ, ਯਾਨੀ ਮੈਂ ਕਹਿੰਦਾ ਇੰਨੀਆਂ ਚੀਜ਼ਾਂ ਨੇ, ਹੋ ਸਕਦਾ ਕਈ ਚੀਜ਼ਾਂ ਮੇਰੀ ਅੱਖਾਂ ਤੋਂ ਓਹਲੇ ਹੋ ਰਹੀਆਂ ਹੋਣ, ਤਾਂ ਬਹੁਤ ਅੰਦਰ ਅੰਦਰ ਜਿਵੇਂ ਜਿਵੇਂ ਆਪਾਂ ਕਮਰੇ ਦੇ ਅੰਦਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ, ਤਾਂ ਅਲੱਗ ਅਲੱਗ ਚੀਜ਼ਾਂ ਨੇ ਇੱਥੇ, ਤਾਂ ਇਹ ਦੇਖੋ ਇੱਧਰ ਪ੍ਰੈਸ ਹੋ ਗਈ ਜਾਂ ਹੋਰ ਚੀਜ਼ਾਂ ਨਾਲ ਹੋ ਗਈਆਂ, ਸ਼ੇਰ ਵਾਲੇ ਵੱਟ। ਅੱਛਾ ਤਸ਼ਵਿੰਦਰ ਜੀ, ਇੰਨਾ ਤੁਸੀਂ ਘਰ ਦੇ ਵਿੱਚ ਪੁਰਾਣਾ ਜਿਹੜਾ ਹੈਗਾ ਸਮਾਨ ਸੰਭਾਲ ਕੇ ਰੱਖਿਆ, ਕਿੰਨਾ ਕੁ ਸਮੇਂ ਤੋਂ ਤੁਸੀਂ ਸੰਭਾਲ ਕੇ ਰੱਖਿਆ ਫਿਰ? ਮੈਨੂੰ ਹੋ ਗਈ 21-22 ਸਾਲ ਹੋ ਗਈ ਜੀ ਆਪਣੇ। ਅੱਛਾ, ਹਾਂਜੀ, ਜਦੋਂ ਉਮਰ ਮੇਰੀ ਸਿਰਫ 25-21 ਸਾਲ ਦੀ ਸੀ ਉਦੋਂ। ਹਾਂਜੀ, ਇੱਕ ਸ਼ੌਂਕ ਹੁੰਦਾ ਹੈ, ਇਹ ਸ਼ੌਂਕ ਫਿਰ ਤੁਹਾਨੂੰ ਕਿਵੇਂ ਜਾਗਿਆ ਵੀ ਇੰਨਾ ਆਪਾਂ ਪੁਰਾਣਾ ਸਮਾਨ ਜਿਹੜਾ ਹੈਗਾ ਸੰਭਾਲ ਕੇ ਰੱਖੀਏ? ਹਾਂਜੀ, ਸ਼ੌਂਕ ਇਸ ਤਰ੍ਹਾਂ ਦੀ, ਮੈਨੂੰ ਇੱਕ ਕੁਆਇਨ ਲੱਭੇ ਦੀ ਆਪਣੇ ਖੇਤ 'ਚੋਂ ਕੰਮ ਕਰਦੇ ਨੂੰ, ਉਦੋਂ ਤੋਂ ਮੈਨੂੰ ਇਹ ਸ਼ੌਂਕ ਜਿਹਾ ਪੈ ਗਿਆ ਸੀ ਵੀ ਮੈਂ ਚੀਜ਼ਾਂ ਆਪਣੀ ਪੁਰਾਣੀ ਚੀਜ਼ਾਂ ਨੂੰ ਵੀ ਸਾਂਭ ਕੇ ਰੱਖਾਂ ਵੀ ਆਉਣ ਵਾਲੀ ਪੀੜ੍ਹੀ ਦੇਖ ਸਕੇ ਇਹ ਚੀਜ਼ਾਂ ਨੂੰ ਆਪਣੇ। ਕਿੰਨਾ ਕੁ ਸਮਾਂ ਲੱਗ ਗਿਆ ਤੁਸੀਂ ਇੰਨਾ, ਅਸੀਂ ਸਮਾਨ ਦੇਖ ਰਹੇ ਤੁਹਾਡਾ ਤਾਂ ਘਰ ਜਿਹੜਾ ਹੈਗਾ ਕਮਰਾ ਪੂਰੀ ਤਰ੍ਹਾਂ ਨਾਲ ਸਜਾਵਟ ਕੀਤੀ ਹੋਈ ਹੈ ਪੁਰਾਤਨ ਸਮੇਂ ਦੀ ਜਿਹੜੀ ਚੀਜ਼ਾਂ ਨੇ, ਅਤੇ ਬਾਹਰ ਵੀ ਕਾਫੀ ਸਮਾਨ ਪਿਆ, ਇਹਨੂੰ ਫਿਰ ਕਿੰਨਾ ਕੁ ਸਮਾਂ ਲੱਗ ਗਿਆ ਤੁਹਾਨੂੰ ਇਕੱਠਾ ਕਰਦਿਆਂ ਨੂੰ? ਉਹ ਵੀ ਮੈਂ ਪਹਿਲਾਂ ਵੀ ਦੱਸ ਚੁੱਕਿਆ ਵੀ 20-21 ਸਾਲ ਹੋ ਗਏ ਮੈਨੂੰ ਆਪਣੇ, 21-22 ਸਾਲ ਹੋ ਗਏ ਜੀ ਆਪਣੇ ਲੱਗੇ ਨੂੰ ਇਹਨੂੰ ਸਮਾਨ ਇਕੱਠੇ ਕਰਦੇ ਨੂੰ। ਇਹ ਹਰ ਚੀਜ਼ ਫਿਰ ਖਰੀਦ ਕੇ ਲੈ ਕੇ ਆਉਂਦੇ ਹੋ ਤੁਸੀਂ ਫਿਰ? ਨਹੀਂ, ਕਾਫੀ ਚੀਜ਼ਾਂ ਆਪਣੇ ਘਰ ਦੀਆਂ ਨੇ, ਜਿਹੜੇ ਮੇਰੇ ਪੁਰਾਣਾ ਘਰ ਦੀ ਉੱਥੇ ਪਈਆਂ ਸੀ, ਬਾਕੀ ਮੈਂ ਖਰੀਦੀਆਂ ਵੀ ਨੇ ਕਾਫੀ ਚੀਜ਼ਾਂ ਇਹ 'ਚੋਂ, ਕੋਈ ਆਪਣੇ ਰਿਸ਼ਤੇਦਾਰੀਆਂ ਕਰੀਆਂ ਇਕੱਠੀਆਂ ਇੱਕਣ ਕਰ ਲਈਆਂ ਜੀ ਆਪਣੇ। ਅੱਛਾ, ਹਾਂਜੀ। ਅੱਛਾ, ਇੱਕ ਆਹ ਟੀ ਵੀ ਦੇਖ ਰਹੇ ਹਾਂ ਅਸੀਂ, ਮੈਨੂੰ ਯਾਦ ਹੈ ਕਿ ਅਸੀਂ, ਮੈਂ ਉਸ ਸਮੇਂ 8-9 ਸਾਲ ਦਾ ਹੁੰਦਾ ਸੀ, ਇਹ ਉਸ ਸਮੇਂ ਦਾ ਟੀ ਵੀ ਲੱਗ ਰਿਹਾ, ਸ਼ਟਰ ਵਾਲਾ ਟੀ ਵੀ ਕਹਿੰਦੇ ਸੀਗੇ ਜਾਂ ਮੈਨੂੰ ਲੱਗਦਾ ਟਿਊਬਾਂ ਵਾਲਾ ਟੀ ਵੀ ਵੀ ਇਹਨੂੰ ਕਿਹਾ ਜਾਂਦਾ ਸੀਗਾ, ਅਤੇ ਇਹਨੂੰ ਜਦੋਂ ਆਪਾਂ ਉਸ ਸਮੇਂ ਰਮਾਇਣ ਮਹਾਂਭਾਰਤ ਚੱਲਦੇ ਹੁੰਦੇ ਸੀਗੇ, ਸੰਨ 87-88 ਦੀਆਂ ਸ਼ਾਇਦ ਗੱਲਾਂ ਹੋਣੀਆਂ, ਇਹਨੂੰ ਕਹਿੰਦੇ ਕਿ ਤਕਰੀਬਨ 5 ਮਿੰਟ ਇਹਨੂੰ ਪਹਿਲਾਂ ਔਨ ਕਰਨਾ ਪੈਂਦਾ ਸੀ, ਤਾਂ ਉਦੋਂ ਬਾਅਦ ਇਹਦੀ ਫੋਟੋ ਜਿਹੜੀ ਆਉਂਦੀ ਸੀ, ਉੱਤੇ ਛੱਤ 'ਤੇ ਐਂਟੀਨਾ ਵੀ ਲੱਗਦਾ ਸੀਗਾ।
ਜਿਹੜਾ ਟੀਵੀ ਹੈ ਇਹ ਵੀ ਫਿਰ ਕਰਦਾ ਕਿ ਇਹ ਵੀ ਕਿਤੋਂ ਲੈ ਕੇ ਆਏ ਹੋ? ਨਹੀਂ ਇਹ ਦਿੱਤਾ ਜੀ ਕਿਸੇ ਨੇ ਆਪਣੇ ਸਮਰਾਲੇ ਦਾ, ਆਪਣੇ ਮੈਡਮ ਲੱਗੀ ਸਾਡੇ ਇਸ ਸਕੂਲ 'ਚ ਪੜ੍ਹਾਉਂਦੀ ਆ ਜੀ, ਉਹਨਾਂ ਨੇ ਦਿੱਤਾ ਜੀ ਆਪਣੇ, ਇਹ ਉਹਨਾਂ ਕੋਲ ਰੱਖਿਆ ਸਾਂਭ ਕੇ। ਅਜੋਕੇ ਜਿਹੜਾ ਹੈਗਾ ਸਮਾਂ, ਅੱਜ ਕੱਲ੍ਹ ਦਾ ਜਿਹੜੇ ਬੱਚੇ ਨੇ ਮੋਬਾਈਲਾਂ ਦੇ ਵਿੱਚ ਰੁੱਝੇ ਰਹਿੰਦੇ ਨੇ, ਉਹਨਾਂ ਨੂੰ ਮੈਨੂੰ ਨਹੀਂ ਲੱਗਦਾ ਵੀ ਆਹ ਚੀਜ਼ਾਂ ਪਤਾ ਹੋਣ, ਇਸ ਵਿਰਸੇ ਨਾਲ ਜਿਹੜੀਆਂ ਜੁੜੀਆਂ ਚੀਜ਼ਾਂ ਨੇ, ਟੀਵੀ ਇਸ ਤਰ੍ਹਾਂ ਦੇ ਵੀ ਆਉਂਦੇ ਹੋਣ। ਹਾਂਜੀ ਬਿਲਕੁਲ ਨਹੀਂ ਪਤਾ ਜੀ ਇਹੋ ਜਿਹੀਆਂ ਚੀਜ਼ਾਂ ਵਰਤਾਂ, ਬੱਚਿਆਂ ਨੂੰ ਬਿਲਕੁਲ ਨਹੀਂ ਪਤਾ ਜੀ, ਆਪਣੇ ਦੱਸਣਾ ਪੈਂਦਾ ਵੀ ਇੱਕ ਚੱਲਦੀਆਂ ਦੀ ਇਹ ਆਪਣੇ। ਹਾਂਜੀ ਅੱਛਾ, ਇੱਕ ਆਹ ਇੱਥੇ ਆਹ ਦੇਖ ਰਹੇ ਹਾਂ, ਇਹ ਇਹਨੂੰ ਕੀ ਕਹਿੰਦੇ ਨੇ ਜੀ? ਆਹ ਇੱਕ ਲੱਕੜੀ ਦੀ ਆਈਟਮ, ਇਹਨੂੰ ਕੀ ਕਹਿੰਦੇ ਨੇ ਆਪਾਂ? ਇਹ ਘੜੀਰਾ ਜੀ ਬੱਚਿਆਂ ਦਾ। ਅੱਛਾ, ਇਸ ਤਰ੍ਹਾਂ ਚੱਲਦਾ ਹੁੰਦਾ ਜੀ ਆਪਣੇ, ਆਹ ਦੇਖੋ ਜੀ, ਪਹਿਲਾਂ ਇਹੀ ਘਟਾਉਣੇ ਹੁੰਦੇ ਜੀ ਆਪਣੇ, ਮੇਲੇ ਮੂਲਿਆਂ ਤੋਂ ਆਮ ਮਿਲਦੇ ਜੀ ਆਪਣੇ ਦੁਕਾਨਾਂ ਤੋਂ, ਇਹੀ ਘਟਾਉਣੇ ਹੁੰਦੇ ਜੀ ਆਪਣੇ ਜੀ। ਇੱਕ ਹੋਰ ਪਿਆ ਪ੍ਰਤਾਪਾ ਜੀ, ਹਾਂ ਵੀ ਉਹ ਵੀ ਇੱਧਰ ਪਿਆ ਜੀ ਆਪਣੇ, ਇਹ ਵੀ ਘਟਾਉਣਾ ਜੀ, ਪ੍ਰਤਾਪਾ ਕਹਿੰਦੇ, ਪ੍ਰਤਾਪਾ ਕਹਿੰਦੇ ਨੇ ਜੀ ਇਹਨੂੰ। ਹਾਂ ਇਸ ਤਰ੍ਹਾਂ ਚੱਲਦਾ ਜੀ ਆਪਣੇ। ਮਾਡਰਨ ਬੱਚੇ ਦੇ ਅੱਜ ਕੱਲ੍ਹ ਦੇ ਮੋਬਾਈਲਾਂ ਦੇ ਵਿੱਚ ਗੇਮਾਂ ਖੇਡੀ ਜਾਂਦੇ ਨੇ ਜਾਂ ਹੋਰ ਉਹਨਾਂ ਨੂੰ ਤਰ੍ਹਾਂ ਤਰ੍ਹਾਂ ਦੀ, ਜਾਂ ਕਾਰਟੂਨ ਦੇਖ ਲਏ, ਮੈਨੂੰ ਨਹੀਂ ਲੱਗਦਾ ਵੀ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਪਤਾ ਹੋਵੇ, ਆਹ ਗੇਮਾਂ ਬਾਰੇ। ਹਾਂਜੀ ਇਹ ਗੇਮਾਂ ਬਾਰੇ ਬਿਲਕੁਲ ਨਹੀਂ ਪਤਾ ਜੀ ਉਹਨਾਂ ਨੂੰ। ਹਾਂਜੀ ਅੱਛਾ, ਇੱਕ ਹੋਰ ਦੇਖ ਰਹੇ ਹਾਂ, ਖਿੱਦੋ ਖੁੰਡੀ ਅਤੇ ਗੁੱਲੀ ਡੰਡਾ। ਗੁੱਲੀ ਡੰਡਾ ਤਾਂ ਮੈਂ ਸੁਣਿਆ, ਲੇਕਿਨ ਜਿਹੜੇ ਹੈਗੇ ਆ ਖਿੱਦੋ ਖੁੰਡੀ, ਇਹ ਕੀ ਚੀਜ਼ ਆ ਫਿਰ? ਇਹ ਖਿੱਦੋ ਖੁੰਡੀ ਜਾਣੀ ਹਾਕੀ, ਇਹ ਤੋਂ ਹੀ ਬਣੀ ਹੈ ਜੀ ਆਪਣੇ। ਅੱਛਾ, ਹਾਂਜੀ ਪਹਿਲਾਂ ਇਹੀ ਹੁੰਦੀ ਜੀ ਆਪਣੇ, ਇੱਕ ਲੱਕੜ ਦੀ ਘੜ ਲੈਂਦੇ ਜੀ ਆਪਣੇ, ਹਾਕੀ ਬਣਾ ਦਿੰਦੇ ਜੀ ਉਹ, ਲੀਰਾਂ ਬਣਾਉਂਦੇ ਖਿੱਦੋ ਆਪਣੀ ਜੀ। ਅਤੇ ਆਹ ਮਧਾਣੀ ਹੈ, ਅਕਸਰ ਜੇ ਗੱਲ ਕਰੀਏ ਪੰਜਾਬੀ ਫਿਲਮਾਂ 'ਚ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲ ਜਾਂਦੀ ਹੈ, ਸਿਰਫ ਸ਼ੋਟ ਉਹਦੇ ਲਈ ਜਾਂਦੇ ਨੇ, ਲੇਕਿਨ ਆਹ ਮਧਾਣੀ ਹੈ ਜਿਹਦੇ ਨਾਲ ਉਸ ਸਮੇਂ 'ਚ, ਪੁਰਾਤਨ ਸਮੇਂ 'ਚ ਦੁੱਧ ਰਿੜਕਿਆ ਜਾਂਦਾ ਸੀਗਾ। ਤਾਂ ਤਰ੍ਹਾਂ ਤਰ੍ਹਾਂ ਦੀ ਇੱਥੇ ਤੁਹਾਨੂੰ ਪੁਰਾਣੀਆਂ ਜਿਹੜੀਆਂ ਚੀਜ਼ਾਂ ਇੱਥੇ ਦੇਖਣ ਨੂੰ ਮਿਲ ਸਕਦੀਆਂ ਨੇ, ਟਾਈਪਰਾਈਟਰ ਹੈ, ਪ੍ਰਾਂਤ ਹੈ ਪਿੱਤਲ ਦੀ, ਯਾਨੀ ਐਸੀਆਂ ਚੀਜ਼ਾਂ ਨੇ, ਮੇਰੇ ਅੱਖਾਂ ਤੋਂ ਓਹਲੇ ਵੀ ਹੋ ਰਹੀਆਂ ਨੇ, ਤੁਹਾਨੂੰ ਹਰ ਚੀਜ਼ ਮੈਂ ਨਹੀਂ ਦਿਖਾ ਸਕਦਾ। ਇੱਕ ਭਾਅ ਜੀ ਹੋਰ, ਇਹ ਲਾਲਟੈਨ, ਇਹ ਲਾਲਟੈਨ ਇਹ ਕਿੱਥੋਂ ਲਿਆਉਂਦੀਆਂ ਫਿਰ ਤੁਸੀਂ? ਹਾਂਜੀ ਲਾਲਟਨ ਸਾਡੇ ਘਰ ਦੀ ਹੋਈ ਆਪਣੇ। ਅੱਛਾ, ਹਾਂਜੀ ਉਹ ਲੈਂਪ ਪਏ ਨੇ, ਉਹ ਅਸੀਂ ਲਏ ਨੇ ਮੁੱਲ ਆਪਣੇ ਖਰੀਦਿਆ ਜੀ। ਹਾਂਜੀ ਇਹ ਲਾਲਟਨ ਸਾਡੇ ਘਰ ਦੀ ਹੋ ਆਪਣੇ ਜੀ। ਠੀਕ ਹੈ। ਹਾਂਜੀ ਅਤੇ ਆਹ ਸੰਦੂਕ ਵੀ ਇੱਕ ਪਿਆ, ਇਹ ਕਿੰਨਾ ਕੁ ਪੁਰਾਣਾ ਫਿਰ? ਹਾਂਜੀ ਇਹ ਸਾਡੇ ਦਾਦੀ ਜੀ ਦਾ ਆਪਣਾ ਜੀ, ਇਹ 100 ਸਾਲ ਤੋਂ ਪਹਿਲਾਂ ਦਾ ਹੀ ਆਪਣਾ ਜੀ, 100 ਸਾਲ ਤੋਂ ਉੱਪਰ ਹੋਗਾ ਜੀ ਇਹਨੂੰ। ਹਾਂਜੀ ਇੱਕ ਆਹ ਕਾਠੀ ਜੀ, ਇਹ ਕੀ, ਇਹ ਕੀ ਚੀਜ਼ ਆ ਭਾਅ ਜੀ? ਆਹ ਲੱਕੜੀ ਦੀ ਜਿਹੜੀ ਹੈਗੀ ਆ ਫਿਰ? ਇਹ ਊਂਠ ਦੀ ਕਾਠੀ ਆਈ ਆਪਣੇ। ਅੱਛਾ, ਹਾਂਜੀ ਇਹ ਦੋ ਬੰਦੇ ਬਹਿ ਜਾਂਦੇ, ਇੱਕ ਮੂਹਰੇ ਬਹਿ ਜਾਂਦੇ, ਇੱਕ ਮਗਰ ਬਹਿ ਜਾਂਦੇ ਜੀ। ਹਾਂਜੀ ਕਹਿਣ ਦਾ ਮਤਲਬ ਢੋ ਲੱਗ ਜਾਂਦੀ ਹੋਣੀ ਇਹਦੇ ਨਾਲ ਵਿੱਚ? ਹਾਂਜੀ ਇਹ ਢੋ ਲੱਗ ਜਾਂਦੀ ਆਪਣੇ ਜੀ ਇਹਨੂੰ। ਹਾਂਜੀ ਘੋੜੇ ਦੀ ਕਾਠੀ ਵੀ ਪਈ ਆ ਮੇਰੇ ਕੋਲ, ਆ ਵੀ ਹਾਂਜੀ ਇਹ ਘੋੜੇ ਦੀ ਕਾਠੀ ਆ ਜੀ ਆਪਣੇ। ਠੀਕ ਹੈ। ਹਾਂਜੀ ਇਹ ਦੋਨੋਂ ਕਾਠੀਆਂ ਨੇ ਜੀ ਆਪਣੇ। ਇੱਕ ਆਹ ਖੜਾਵਾਂ ਵੀ, ਇਹ ਲੱਕੜੀ ਦੀਆਂ ਚੱਪਲਾਂ ਉਸ ਸਮੇਂ 'ਚ ਮੈਨੂੰ ਲੱਗਦਾ ਚੱਲਦੀ ਹੁੰਦੀ ਸੀ ਪੁਰਾਣੇ ਜ਼ਮਾਨੇ 'ਚ। ਹਾਂਜੀ ਪਹਿਲਾਂ ਆਪਣੇ ਇਹ ਲੱਕੜ ਦੇ ਹੀ ਪਾਉਂਦੇ ਖੜਾਵਾਂ ਜੀ ਆਪਣੇ। ਹਾਂਜੀ ਇਹ ਸਾਧ ਸੰਤ ਹੁੰਦੇ ਸੀ, ਉਹ ਵੀ ਪਾਉਂਦੇ ਸੀ ਇਹਨਾਂ ਨੂੰ ਆਪਣੇ। ਹਾਂਜੀ ਆਹ ਕੀ ਚੀਜ਼ ਆ ਫਿਰ? ਆਹ ਦੋ ਜਣੀਆਂ ਇੱਕ ਲੰਬੇ ਲੰਬੇ ਪਾਏ ਵਜੇ, ਮੈਨੂੰ ਨਹੀਂ ਇਹਦੇ ਬਾਰੇ ਪਤਾ ਹੈਗਾ, ਇਹਨੂੰ ਕੀ ਕਹਿੰਦੇ ਨੇ? ਹਾਂਜੀ ਇਹਨੂੰ ਧੌਂਕਣੀ ਕਹਿੰਦੇ ਨੇ ਆਪਣੇ ਜੀ। ਇਹ ਲੋਹਾਰਾਂ ਦੇ ਹੁੰਦੇ ਜੀ, ਜਿਹੜੇ ਲੋਹੇ ਦਾ ਕੰਮ ਕਰਦੇ ਸੀ, ਭੱਠੀ ਹਵਾ ਮਾਰਨ ਵਾਸਤੇ ਹੁੰਦੀ ਸੀ ਇਹ। ਹਾਂਜੀ ਅਤੇ ਆਹ ਪਿੱਛੇ ਛੱਜ ਪਿਆ, ਛੱਜ ਬਾਰੇ ਵੀ ਮੈਨੂੰ ਨਹੀਂ ਲੱਗਦਾ ਕਿ ਬਹੁਤੇ ਲੋਕਾਂ ਨੂੰ ਸ਼ਾਇਦ ਪਤਾ ਹੋਵੇ ਹੁਣ ਤਾਂ। ਹਾਂਜੀ ਇਹ ਫਸਲਾਂ ਆਪਣੇ ਸਾਰੀਆਂ ਇਹਨਾਂ ਨੇ ਆਪਣੇ ਉਡਾਉਂਦੇ ਹੁੰਦੇ ਸੀ, ਆਪਣੇ ਸਾਫ਼ ਕਰਦੇ ਹੁੰਦੇ ਸੀ। ਅੱਛਾ। ਹਾਂਜੀ ਇਹ ਹੁਣ ਤਾਂ ਜਾਣੀ ਵਿਆਹਾਂ 'ਚ ਇਹਨੂੰ ਵਰਤਦੇ ਨੇ ਆਪਣੇ, ਕੁੱਟਦੇ ਨੇ, ਜਾਣੀ ਕਰਦੇ ਨੇ, ਜਾਗੋ ਕੱਢਦੇ ਨੇ, ਜਾਣੀ ਇਹ ਆਪਣੇ ਫਸਲਾਂ ਵਾਸਤੇ ਹੁੰਦਾ ਸੀ ਆਪਣੇ। ਅੱਛਾ ਆਹ ਦੇਖ ਰਹੇ ਆਪਾਂ, ਆਹ ਰੇਡੀਓ ਤਾਂ ਮੈਂ ਦੇਖਿਆ ਹੋਇਆ, ਆਹ ਫਿਰ ਇਹ ਕਿੱਦਾਂ ਦਾ ਰੇਡੀਓ ਹੈ ਫਿਰ? ਹਾਂਜੀ ਇਹ ਟਿਊਬਾਂ ਵਾਲਾ ਰੇਡੀਓ ਆ ਜੀ ਆਪਣੇ। ਅੱਛਾ। ਹਾਂਜੀ ਪਹਿਲਾਂ ਟਿਊਬਾਂ ਵਾਲੇ ਰੇਡੀਓ ਹੁੰਦੇ ਸੀ ਆਪਣੇ। ਇਹ ਕਿੰਨਾ ਕੁ ਪੁਰਾਣਾ ਫਿਰ? ਇਹ ਵੀ ਹੈਗਾ 70-80 ਸਾਲ ਪੁਰਾਣਾ ਜੀ ਆਪਣੇ, ਇਹ ਤੋਂ ਬਾਅਦ ਫਿਰ ਆਹ ਚੱਲੇ ਦੀ ਆਪਣੇ। ਅੱਛਾ। ਹਾਂਜੀ ਬਿਨਾਂ ਟਿਊਬਾਂ ਤੋਂ ਚੱਲ ਪਈ ਆਪਣੇ ਜੀ ਫਿਰ। ਯਾਨੀ ਜਿਵੇਂ ਜਿਵੇਂ ਯੁੱਗ ਬਦਲਦਾ ਗਿਆ ਅਤੇ ਤਕਨੀਕ ਚੇਂਜ ਹੁੰਦੀ ਗਈ ਫਿਰ? ਹਾਂਜੀ ਉਹ ਸੁਧਾਰ ਕਰੀ ਗਏ ਨੇ ਫਿਰ ਜੀ, ਨਵੇਂ ਪਲੇਟਾਂ ਵਾਲੇ ਆ ਗਏ ਫਿਰ ਆਪਣੇ ਜੀ। ਇਹਦਾ ਵੀ ਸੇਮ ਪ੍ਰੋਸੈਸ ਆ ਜਿਵੇਂ ਟੀਵੀ ਨੂੰ ਪਹਿਲਾਂ ਔਨ ਕਰਕੇ ਛੱਡਣਾ ਪੈਂਦਾ ਸੀ, ਗਰਮ ਹੋ ਕੇ ਚੱਲਦਾ ਸੀ, ਅਤੇ ਰੇਡੀਓ ਤੋਂ ਵੀ ਸੇਮ ਸਿਸਟਮ ਸੀ? ਸੇਮ ਸਿਸਟਮ ਆ ਜੀ ਆਪਣੇ, ਟਿਊਬਾਂ ਫਿਰ ਗਰਮ ਹੁੰਦੀਆਂ ਸੀ ਨਾ, ਗਰਮ ਹੋ ਕੇ ਫਿਰ ਚੱਲਦੀਆਂ ਸੀ ਉਹ ਆਪਣੇ ਜੀ। ਅੱਛਾ। ਹਾਂਜੀ ਇੱਕ ਆਹ ਦੇਖ ਰਹੇ ਅਸੀਂ ਇੱਧਰ, ਆਹ ਵੀ ਰੇਡੀਓ ਪਿਆ, PHX ਦਾ ਡੈੱਕ ਉਸ ਸਮੇਂ, ਥੋੜ੍ਹਾ ਸਮਾਂ ਹੀ ਜਾਣੀ ਜੇ ਗੱਲ ਕਰੀਏ, ਮਸ਼ੀਨ ਪਈ ਹੈ ਰਿਕਾਰਡ ਵਾਲੀ। ਇੱਕ ਭਾਅ ਜੀ ਇੱਕ ਤੁਸੀਂ ਛੋਟੀਆਂ ਕੈਸਟਾਂ ਦਿਖਾ ਰਹੇ ਸੀਗੇ, ਕੈਸਟਾਂ ਵੱਡੀਆਂ ਤਾਂ ਸ਼ਾਇਦ ਕਾਫੀ ਲੋਕਾਂ ਨੇ ਦੇਖੀਆਂ ਹੋਣ, ਲੇਕਿਨ ਛੋਟੀਆਂ ਕੈਸਟਾਂ ਮੈਨੂੰ ਨਹੀਂ ਲੱਗਦਾ ਕਿਸੇ ਨੇ ਦੇਖੀਆਂ ਹੋਣ। ਅੱਛਾ ਦੇਖੋ ਜੀ 2 ਇੰਚੀ ਦੀ ਹੈ ਜੀ ਆਪਣੇ ਇਹ। ਅੱਛਾ। ਹਾਂਜੀ ਇਹ 60 ਮਿੰਟ ਪੂਰਾ ਚੱਲਦੀ ਹੈ ਜੀ ਆਪਣੇ, ਯਾਨੀ ਜਿੰਨੀ ਵੱਡੀ ਉਹ ਕੈਸਟ ਹੁੰਦੀ ਸੀਗੀ ਉਨੀ ਉਹ ਚੱਲਦੀ ਹੈ, ਉਨੀ ਇਹ ਚੱਲਦੀ ਜੀ ਆਪਣੇ। ਅੱਛਾ। ਹਾਂਜੀ ਮੈਨੂੰ ਯਾਦ ਹੈ ਨਾ ਵੀ ਕੈਸਟ ਏ ਔਰ ਬੀ ਸਾਈਡ ਚੱਲਦੀ ਸੀ, ਇਹ ਵੀ ਉੱਦਾਂ ਹੀ ਚੱਲਦੀ ਹੈ ਏ ਔਰ ਬੀ? ਹਾਂ ਦੋ ਸਾਈਡ ਆ, ਬੀ ਸਾਈਡ ਲਿਖੀ ਜੀ, ਇੱਧਰ ਏ ਸਾਈਡ ਜੀ ਆਪਣੇ। ਅੱਛਾ। ਹਾਂਜੀ ਦਰਸ਼ਕੋ ਇਹ ਉਹ ਕੈਸਟਾਂ ਨੇ, ਛੋਟੀ ਕੈਸਟ ਹੈ,
ਏ ਔਰ ਬੀ ਸਾਈਡ ਹੁੰਦੀ ਸੀ, ਇਹਨੂੰ ਪਹਿਲਾਂ ਇਸ ਸਾਈਡ ਖਤਮ ਹੁੰਦੀ ਸੀ, ਫਿਰ ਜਦੋਂ ਪੂਰੀ ਖਤਮ ਹੋ ਜਾਣੀ ਤਾਂ ਫਿਰ ਇੱਧਰ ਘੁਮਾਈ ਜਾਂਦੀ ਸੀ। ਇੱਕ ਆਹ ਵੱਡੀਆਂ ਕੈਸਟਾਂ ਵੀ ਪਈਆਂ ਨੇ, ਭਾਈ ਸਾਹਿਬ ਨੂੰ ਕਹੂੰਗਾ ਉਹ ਵੀ ਜ਼ਰੂਰ ਦਿਖਾਣ। ਇਸ ਤੋਂ ਪਹਿਲਾਂ ਜਿਹੜੀਆਂ ਆਹ ਵੱਡੀਆਂ ਕੈਸਟਾਂ ਚੱਲਦੀਆਂ ਸੀਗੀਆਂ, ਆਹ ਛੋਟੀ ਕੈਸਟ ਹੈ, ਦੋਨਾਂ ਦਾ ਟਾਈਮਿੰਗ ਸੇਮ 60 ਮਿੰਟ ਅਤੇ ਇਹ ਵੀ 60 ਮਿੰਟ, ਲੇਕਿਨ ਇਹ ਦੇਖਣ 'ਚ ਜਿਹੜੀ ਹੈਗੀ ਛੋਟੀ ਹੈ। ਅਕਸਰ ਮੈਂ ਸੁਣਿਆ ਕਿ ਇਹ ਪੋਕਟ ਦੇ ਵਿੱਚ ਇਹਦਾ ਜਿਹੜਾ ਹੈਗਾ ਟੇਪ ਰਿਕਾਰਡ, ਉਹ ਪੋਕਟ ਵਾਲਾ ਟੇਪ ਰਿਕਾਰਡ ਆਉਂਦਾ ਹੁੰਦਾ ਸੀ ਉਸ ਸਮੇਂ ਦੇ ਵਿੱਚ। ਤਾਂ ਬੜੀਆਂ ਤਰ੍ਹਾਂ ਤਰ੍ਹਾਂ ਦੀਆਂ ਭਾਈ ਸਾਹਿਬ ਨੇ ਇੱਥੇ ਚੀਜ਼ਾਂ ਜਿਹੜੀ ਹੈਗੀਆਂ ਵੜੈਚ ਸਾਹਿਬ ਨੇ ਸੰਭਾਲ ਕੇ ਰੱਖੀਆਂ ਹੋਈਆਂ ਨੇ। ਆ ਸਟੋਵ, ਸਟੋਵ ਵੀ ਅੱਜ ਕੱਲ੍ਹ ਤਾਂ ਗੈਸ ਆ ਗਏ, ਇਹਨਾਂ ਨੇ ਭਾਈ ਸਾਹਿਬ ਨੇ ਸਟੋਵ ਵੀ ਸੰਭਾਲ ਕੇ ਰੱਖਿਆ। ਭਾਈ ਜੀ ਇਹ ਕਿੱਥੋਂ ਫਿਰ ਲਿਆਉਂਦਾ, ਕੀ ਵੀ ਕਰਦਾ ਹੀ ਆ? ਹਾਂਜੀ ਨਹੀਂ ਇਹ ਤਾਂ ਲੈ ਨਹੀਂ, ਮੁੱਲ ਲੈ ਰਹੇ ਹਾਂ ਆਪਣੇ। ਇਹ ਬੱਤੀਆਂ ਵਾਲੇ ਸਟੋਵ ਹੁੰਦੇ ਜੀ ਪਹਿਲਾਂ, ਆ ਬੱਤੀਆਂ ਵਾਲਾ ਸਟੋਵ ਹੁੰਦਾ ਜੀ ਆ ਪਿਆ। ਠੀਕ ਹੈ ਹਾਂਜੀ, ਇਹ ਇੱਥੇ ਬੱਤੀਆਂ ਪੈਂਦੀਆਂ ਨੇ 10-12 ਬੱਤੀਆਂ, ਹਾਂਜੀ ਉਹ ਪੈਂਦੀਆਂ ਜੀ, ਇੱਥੇ ਅੱਗ ਲੱਗਦੀ ਜੀ ਆਪਣੇ। ਹਾਂਜੀ ਇਹ ਪਹਿਲਾਂ ਬੱਤੀਆਂ ਵਾਲੇ ਸਟੋਵ ਹੁੰਦੇ ਜੀ ਆਪਣੇ। ਅੱਛਾ ਇਹ ਫਿਰ ਬਾਅਦ 'ਚ ਆਏ ਨੇ? ਇਹ ਫਿਰ ਬਾਅਦ 'ਚ ਆਏ ਨੇ ਜੀ ਆਪਣੇ। ਅੱਛਾ ਇਸ ਤੋਂ ਬਾਅਦ ਆਇਆ ਜੀ। ਠੀਕ ਹੈ ਹਾਂਜੀ। ਤਾਂ ਇੱਕ ਆਹ ਮੰਜਾ ਸੱਚ ਦੇਖਦੇ ਸੀ ਆਪਾਂ ਆ ਕੇ, ਮੰਜਾ ਬੜਾ ਮੈਨੂੰ ਲੱਗਦਾ ਬੜਾ ਪੁਰਾਣਾ ਲੱਗਦਾ। ਇਹ ਕਿੰਨੇ ਕੁ ਸਾਲ ਪੁਰਾਣਾ? ਇਹ ਵੀ 70-80 ਸਾਲ ਪੁਰਾਣਾ ਜੀ ਆਪਣੇ। ਅੱਛਾ ਹਾਂਜੀ, ਪਹਿਲਾਂ ਮੰਜੇ ਇਹੀ ਹੁੰਦੇ ਜੀ ਆਪਣੇ, ਪਾਵੇ ਦੇਖੋ ਜੀ ਇਹਨਾਂ ਦੇ ਕਿਸ ਤਰ੍ਹਾਂ ਦੇ। ਹਾਂਜੀ ਮੈਨੂੰ ਤਾਂ ਲੱਗਦਾ ਮਤਲਬ ਚੁੱਕ ਵੀ ਨਹੀਂ ਸਕਦਾ ਇਹਨੂੰ। ਹਾਂਜੀ ਇਹ ਸੂਤ ਦਾ ਬਣਾਇਆ ਜੀ ਆਪਣੇ, ਚੁੱਕ ਨਹੀਂ ਸਕਦਾ ਜੀ ਆਪਣੇ, 1 ਕੁਇੰਟਲ ਦਾ ਵਜ਼ਨ ਹੋਊ ਘੱਟੋ ਘੱਟ ਇਹਦਾ ਆਪਣੇ ਜੀ। ਅੱਛਾ ਜੀ ਹਾਂਜੀ, ਯਾਨੀ ਘੱਟੋ ਘੱਟ ਮੈਨੂੰ ਲੱਗਦਾ 2 ਬੰਦੇ ਤਾਂ ਚੱਕਦੇ ਹੋਣੇ ਇਹਨੂੰ। ਹਾਂਜੀ ਬਿਲਕੁਲ ਜੀ। ਅੱਛਾ ਇੰਨਾ ਸਮਾਨ ਤੁਸੀਂ ਸੰਭਾਲ ਕੇ ਰੱਖਿਆ, ਇਹਨੂੰ ਸਾਫ਼ ਸਫਾਈ ਇਹਦੀ ਫਿਰ ਸਮੇਂ ਸਮੇਂ 'ਤੇ ਲੋੜ ਵੀ ਪੈਂਦੀ ਨੇ ਕਿ ਕਰਦੇ ਨੇ ਤੁਹਾਡੇ 'ਤੇ ਛੱਡਿਆ ਵੀ ਤੁਸੀਂ ਉਹ ਕਰੋ, ਇਹਦੀ ਸਾਂਭ ਸੰਭਾਲ ਕੇ ਕਰਦੇ ਨਾਲ ਲੱਗਦੇ ਨੇ ਫਿਰ? ਨਹੀਂ ਪਹਿਲਾਂ ਤਾਂ ਮੈਂ ਉਹ ਕਰਦਾ ਹੁੰਦਾ ਜੀ ਆਪਣੇ ਜੀ, ਜਦ ਤਾਂ ਥੋੜ੍ਹਾ ਵੀ ਸਮਾਨ ਵੀ ਥੋੜ੍ਹੇ ਦੀ ਜਾਣੀ ਆਪਣੇ, ਹੁਣ ਜਾਣੀ ਮੇਰੇ ਪਰਿਵਾਰ ਸਾਰੇ ਕਰਾਉਂਦੇ, ਨਾਲ ਬੱਚੇ ਵੀ ਕਰਾਉਂਦੇ, ਘਰ ਵਾਲੀ ਵੀ, ਸਾਰੇ ਫਿਰ ਰਲ ਕੇ ਜਾਣੀ ਕਰਦੇ, ਅਸੀਂ 2 ਦਿਨ ਲੱਗ ਜਾਂਦੇ ਸਾਫ਼ ਕਰਨ ਨੂੰ। ਅੱਛਾ ਇੰਨਾ ਕਾਫ਼ੀ ਤੁਸੀਂ ਸਮਾਨ ਸੰਭਾਲ ਕੇ ਰੱਖਿਆ, ਕਿੰਨੀ ਕਿੰਨੀ ਦੂਰ ਦੁਰਾਡੇ ਤੋਂ ਫਿਰ ਲੈ ਕੇ ਆਉਂਦੇ ਰਹੇ ਹੋ ਸਮਾਨ? ਦੂਰ ਮੈਂ ਦਿੱਲੀ ਤੱਕ ਜਾਇਆ ਜੀ ਆਪਣੇ, ਪੰਜਾਬ ਤਾਂ ਸਾਰੇ ਘੁੰਮ ਲਿਆ ਜੀ ਆਪਣੇ, ਮੈਂ ਦਿੱਲੀ ਤੱਕ ਲੈ ਕੇ ਆਇਆ ਸਮਾਨ ਜਾ ਕੇ ਆਪਣੇ। ਫਿਰ ਸੰਪਰਕ ਕਿਵੇਂ ਕਰਦੇ ਹੋ, ਯਾਨੀ ਤੁਹਾਨੂੰ ਲੋਕ ਆਪ ਗਾ ਕੇ ਦੱਸਦੇ ਵੀ ਉੱਥੇ ਇੰਨਾ ਪੁਰਾਣਾ ਸਮਾਨ ਪਿਆ? ਹਾਂਜੀ ਫਿਰ ਜਿਵੇਂ ਹੁਣ ਇੱਥੇ ਦੇਖ ਕੇ ਜਾਂਦੇ ਨੇ ਵੀ ਪਤਾ ਲੱਗ ਜਾਂਦਾ ਉਹਨੂੰ ਵੀ ਸਾਂਭਦਾ ਪੁਰਾਣੀ ਚੀਜ਼ਾਂ, ਅਤੇ ਉਹਨੂੰ ਕਦੇ ਦੇਖੀ ਜਾਂਦੀ ਚੀਜ਼ ਫਿਰ ਦੱਸ ਦਿੰਦੇ ਨੇ ਫੋਨ ਕਰਕੇ ਉਹ ਆਪਣੇ ਜੀ ਵੀ ਉੱਥੇ ਵੀ ਚੀਜ਼ ਵੀ ਲਿਆਈ ਜਾ ਕੇ ਆਪਣੇ। ਅਤੇ ਫਿਰ ਜਿਹੜਾ ਤਾਂ ਮੁੱਲ ਪੈਂਦਾ ਫਿਰ? ਹਾਂਜੀ ਮੁੱਲ ਵੀ ਕਈ ਫ੍ਰੀ 'ਚ ਵੀ ਦੇ ਦਿੰਦੇ ਨੇ ਜੀ ਆਪਣੇ, ਕਈ ਮੁੱਲ ਵੀ ਦਿੰਦੇ ਨੇ ਆਪਣੇ ਜੀ। ਜਿਨ੍ਹਾਂ ਲਈ ਤਾਂ ਇਹ ਸੋਚਣ ਵੀ ਸ਼ਾਇਦ ਕਬਾੜ ਆ ਵੀ ਚਲੋ ਵੈਸੇ ਹੀ ਚੁਕਾ ਦਿੰਦੇ ਹਾਂ ਨਾ। ਹਾਂਜੀ ਜਿਹੜੇ ਵੀ ਹੈਗਾ ਵੀ ਇਹ ਵੀ ਸਾਹਮਣੇ ਚੀਜ਼ ਆ ਵੀ ਸਾਂਭ ਲੈਣਗੇ ਇਹ, ਉਹ ਤਾਂ ਫ੍ਰੀ 'ਚ ਦੇ ਦਿੰਦੇ ਨੇ। ਹਾਂਜੀ ਤੁਹਾਡੇ ਕੋਲ ਲੋਕ ਵੀ ਬੜੇ ਆਉਂਦੇ ਹੋਣਗੇ ਕਿ ਸਾਨੂੰ ਯਾਰ ਆਹ ਚੀਜ਼ ਸਾਨੂੰ ਦੇ ਦਿਓ, ਅਸੀਂ ਆਪਣੇ ਉੱਥੇ ਮਿਊਜ਼ੀਅਮ 'ਚ ਲਗਾ ਕੇ ਰੱਖਣੀ ਹੈ, ਬੜੇ ਲੋਕ ਆਉਂਦੇ ਹੋਣੇ ਤੁਹਾਡੇ ਕੋਲ? ਹਾਂਜੀ ਬਹੁਤ ਆਉਂਦੇ ਨੇ ਜੀ ਆਪਣੇ, ਚੀਜ਼ਾਂ ਮੰਗਦੇ ਨੇ ਆਪਣੇ, ਜਿਹੜੇ ਮਿਊਜ਼ੀਅਮ ਬਣੀ ਜਾਂਦੇ ਨਵੇਂ ਨਵੇਂ ਆਪਣੇ ਜੀ, ਹੋਟਲ ਵਗੈਰਾ ਉੱਥੇ ਮੰਗਦੇ ਨੇ ਉਹ ਚੀਜ਼ਾਂ ਆਪਣੇ। ਉਹਨਾਂ ਨੂੰ ਫਿਰ ਕੀ ਜਵਾਬ ਦਿੰਦੇ ਹੋ ਤੁਸੀਂ? ਹਾਂ ਸ਼ੌਂਕ ਕਰਕੇ ਫਿਰ ਉਹਨੂੰ ਦਿੰਦਾ ਨਹੀਂ ਨਾ ਆਪਣੇ ਜੀ। ਹਾਂਜੀ ਜੇ ਮੈਂ ਵਪਾਰ ਹੁੰਦਾ ਫਿਰ ਮੈਂ ਭੇਜ ਦਿੰਦਾ ਆਪਣੇ ਜੀ। ਹਾਂਜੀ ਅੱਛਾ ਉੱਤੇ ਜਿਹੜੇ ਸਾਜ਼ ਪਏ ਨੇ ਕਿਹੜੇ ਕਿਹੜੇ? ਇੱਕ ਤਾਂ ਆਹ ਤਾਂ ਲਿਖਿਆ ਢੱਡ, ਤੂੰਬੀ, ਡਫਲੀ, ਅਲਗੋਜ਼ਾ, ਉਹ ਕਿਹੜਾ ਸਾਜ਼ ਆ ਫਿਰ? ਹਾਂਜੀ ਇਹ ਆਪਣੇ ਹੈਗਾ ਆਹ ਜੀ ਆਪਣੇ, ਹਾਂਜੀ ਉਹ ਲਾਸਟ ਵਾਲਾ ਜੀ। ਹਾਂਜੀ ਇਹ ਆਪਣੇ ਢੱਡ ਸਰੰਗੀ ਹੈ ਜੀ ਆਪਣੇ, ਇਹ ਸਰੰਗੀ ਹੈ ਜੀ, ਇਹ ਢੱਡ ਪਏ ਨੇ, ਆਹ ਬੀਨ ਪਈ ਹੈ ਜੀ ਇੱਧਰ ਆਪਣੇ, ਅਲਗੋਜ਼ੇ ਪਏ ਨੇ। ਠੀਕ ਹੈ ਹਾਂਜੀ ਇਹ ਪੁਰਾਤਨ ਸਾਜ਼ ਨੇ ਆਪਣੇ ਸਾਰੇ ਜੀ ਇਹ। ਅਤੇ ਆਹ ਪੰਜਾਲੀ ਸੁਣਿਆ ਜ਼ਰੂਰ ਹੈ ਲੇਕਿਨ ਮੈਨੂੰ ਵੀ ਨਹੀਂ ਜ਼ਿਆਦਾ ਜਾਣਕਾਰੀ ਇਹਦੇ ਬਾਰੇ, ਪੰਜਾਲੀ ਇਹ ਕਾਹਦੇ ਲਈ ਹੁੰਦੀ ਹੈ? ਹਾਂਜੀ ਪੰਜਾਲੀ ਆਪਣੇ ਬਲਦਾਂ ਨੂੰ ਜੋੜਨ ਵਾਸਤੇ ਹੁੰਦੀ ਹੈ ਜੀ, ਦੋ ਬਲਦ ਜਿਹੜੇ ਜੋੜਦੇ ਹੁੰਦੇ, ਦੋ ਬਲਦ ਹਾਂ ਜਾਂ ਹਲ ਹੁਲ ਬਹੁੰਦੇ ਨੇ ਜੀ ਆਪਣੇ। ਅੱਛਾ ਇਹ ਗਲ 'ਚ ਪਾ ਕੇ ਫਿਰ ਉਹ ਹਲ ਇਹਦੇ ਨਾਲ ਜੁੜਦਾ ਜੀ ਆਪਣੇ। ਉਸ ਸਮੇਂ ਜਦੋਂ ਖੇਤੀ ਬਲਦਾਂ ਨਾਲ ਹੁੰਦੀ ਉਸ ਸਮੇਂ ਇਹਦੀ ਲੋੜ ਪੈਂਦੀ ਹੋਣੀ? ਹਾਂਜੀ ਉਸ ਤਾਂ ਇਹ ਸਾਡੇ ਘਰ ਦੀ ਹੋਈ ਆਪਣੀ ਸਾਂਭੀ। ਅੱਛਾ ਹਾਂਜੀ ਅਤੇ ਹੋਰ ਹੁਣ ਅੱਗੇ ਕੀ ਤੁਸੀਂ ਲੈ ਕੇ ਆ ਰਹੇ ਹੋ, ਕਿਉਂਕਿ ਤੁਸੀਂ ਦੱਸਿਆ ਕਿ ਤਕਰੀਬਨ 22-25 ਸਾਲ ਤੋਂ ਤੁਸੀਂ ਇੱਦਾਂ ਦੇ ਜਿਹੜੇ ਹੈਗੇ ਸ਼ੌਂਕ ਰੱਖਦੇ ਹੋ ਇਸ ਸੱਭਿਆਚਾਰ ਨੂੰ ਸੰਭਾਲਣ ਦੀ, ਹੋਰ ਅੱਗੇ ਕੀ ਜਿਵੇਂ ਜਿਵੇਂ ਸਮਾਂ ਨਿਕਲਦਾ ਅੱਗੇ ਲਿਆ ਰਹੇ ਹੋ ਕੁਛ ਹੋਰ ਫਿਰ? ਹਾਂਜੀ ਜਿਹੜੇ ਮੇਰੇ ਕੋਲ ਹੈ ਨਹੀਂ ਚੀਜ਼ਾਂ ਆਪਣੇ ਉਹ ਮੈਂ ਕਰੀ ਜਾਂਦਾ ਜੀ ਹੋਰ ਇਕੱਠੀਆਂ ਆਪਣੇ। ਕਿਹੜੀ ਚੀਜ਼ ਦੀ ਕਮੀ ਲੱਗਦੀ ਹੈ ਵੀ ਯਾਰ ਆਹ ਚੀਜ਼ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਆ? ਚੀਜ਼ਾਂ ਤਾਂ ਹੈਗੀਆਂ ਨੇ ਬਹੁਤ ਨੇ ਜੀ ਆਪਣੇ, ਜਿਹੜੀਆਂ ਸਾਂਭਣ ਵਾਲੀਆਂ ਨੇ ਆਪਣੇ ਜੀ, ਜਿਵੇਂ ਹੁਣ ਰੱਥ ਹੁੰਦੇ ਜੀ ਅੱਗੇ ਗੱਡੇ ਹੁੰਦੇ ਦੀ, ਉਹ ਮੇਰੇ ਕੋਲ ਹੈ ਨਹੀਂ ਆਪਣੇ ਜੀ। ਹਾਂਜੀ ਉਹ ਕਦੋਂ ਮਿਲੇ ਫਿਰ ਉਹ ਵੀ ਲੈ ਕੇ ਆਊਂਗਾ। ਅੱਛਾ ਇੱਕ ਨਾ ਮੇਰੀ ਨਜ਼ਰ ਪਈ ਸੀ ਉੱਥੇ ਲਿਖਿਆ ਲਾਇਸੈਂਸ ਰੇਡੀਓ ਦਾ, ਤਾਂ ਇਹ ਲਾਇਸੈਂਸ ਰੇਡੀਓ ਦਾ ਇਹ ਮੈਨੂੰ ਸਮਝ ਨਹੀਂ ਆਈ ਗੱਲ। ਹਾਂਜੀ ਜਿਹੜੇ ਉਹ ਟਿਊਬਾਂ ਰੇਡੀਓ ਹੁੰਦੇ ਸੀ ਪਹਿਲਾਂ ਆਪਣੇ ਜੀ, ਹਾਂਜੀ ਉਹਨਾਂ ਲਾਇਸੈਂਸ ਬਣਦਾ ਹੁੰਦਾ ਜੀ, ਲਾਇਸੈਂਸ ਬਣ ਕੇ 2 ਰੁਪਏ ਦਾ ਬਣਦਾ ਹੁੰਦਾ ਜੀ ਆਪਣੇ ਜੀ। ਅੱਛਾ ਫਿਰ ਉਹ ਚੱਲਦਾ ਜੀ ਆਪਣੇ? ਨਹੀਂ ਜੇ ਲਾਇਸੈਂਸ ਨਹੀਂ ਹੁੰਦਾ ਸੀ ਫਿਰ ਕੀ ਰੇਡੀਓ ਚੱਲਦਾ ਨਹੀਂ ਸੀਗਾ? ਚੱਲਦਾ ਨਹੀਂ ਫਿਰ ਹੁਣ ਜੀ, ਨਾ ਉਹਨੂੰ ਚਲਾ ਸਕਦਾ ਕੋਈ ਆਪਣੇ ਚੋਰੀ। ਅੱਛਾ ਹਾਂਜੀ ਬਿਲਕੁਲ ਉਹਦਾ ਆਪਣੇ ਸਜ਼ਾ ਦੀ ਆਪਣੇ। ਅੱਛਾ ਹਾਂਜੀ
चलते ने सैटअप बॉक्स हो गए डी टी एच वगैरह नाल दी नाल उहदे पैसे नहीं दिते तो बंद हो जाते हैं भी उस समय लसेंस सी जो ही कम थी अपने जिम्मे मोबाइल का अपना नहीं रिचार्ज करावे वो चलता नहीं गा इस तरह यह साल बाद भी करा पैंता जी अपने जी। अच्छा हाँ जी फिर 2 रुपए दे के फिर बनता थी अपने जी। मैं लगता उस समय तो रेडियो भी किसी किसी टावे टावे घर होंगे होना। हाँ किसी किसी घर होंगे जी अपने जी। हाँ जी यही साधन होंगे एक अपने ठीक है। हाँ जी अच्छा एक होर आ देख रहे हैं लाइसेंस साइकिल का ये किड़े सन का 4/8/1950 बल्ले 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 डिस्ट्रिक्ट बोर्ड लुधियाना ये साइकिल का भी लसेंस से फिर उदों साइकिल का भी लसेंस जी मैं गड्डिया कारा बनते नहीं अपने उदों साइकिल का भी लसेंस होंगे जी अपने जी नहीं मैं पुलिस घेर लेंदे चलान भी हो जाता जी अपने जी। अच्छा हाँ जी आ देखो दर्शको यानी उस समय 1950 लाइसेंस बनया हुआ है साइकिल का जे लाइसेंस नहीं सी तो चलान उस समय कट्टा जाता सी अजक तो मोटरसाइकिल हो गई कारा हो गई इन्हों के लाइसेंस जोड़े है होंगे ने उन्होंने जी आर सी बनती है उस समय साइकिल का भी लाइसेंस होता सो जो चलान कट्टा जाता सी तो बाकी बड़ी विरासत भाई साहब ने संभाल के रखी है तशविंदर सिंह वड़ैच बाकी ने जोड़े है जी तारीफ जी हैगी जिनी कर लिए उन्नी थोड़ी है सिक्के भी संभाले ने यानी गल करिए कोई बहुत ऐसा चीज़ा ने जिड़िया साड़ी अखा तो थोड़े ओले भी जरूर हो रही नहीं मेरा निगाह पै रही आ देखो पुरातन मिट्टी नाल बनाया घर उस समय से इदा के घर होंगे सी आ साइड तो देखो कितनी वधिया खूबसूरती की हुई है पौड़ियाँ चढ़ रही ने उपर इस तरह के कच्चे मकान आते यानी ला लीए 200-300 साल पुराने इस तरह के पुरातन जड़े घर होंगे सी लास्ट में तशविंदर जी नाल एक होर गल करते हैं तशविंदर जी की कहना चाहोगे हुण दे लोकां नूं कि जिहड़े अजकल मोबाइलों के टीवी के बड़े रहिंदे ने उन्हां नूं की कहोगे सभ्याचार नाल किवें जुड़न हो। हाँ जी सभ्याचार नाल अपने जुड़ना चाहिए जी अपनों ताकि अपने अपने बजुर्गों की चीज़ों बारे पता लग सके भी किस तरह वो अपने हत्थी काम करते जी अपने जी वो ये चीज़ों देख के पता लग सकता जी अपने। हाँ जी अच्छा एक चीज़ लास्ट बिल्कुल एक चीज़ होर मेरे एक हो क्योंकि निगाह मेरी बार बार किसी ना किसी चीज़ से पई जा रही है एक आ पाइप जा ये की चीज़ है जी ये चिट्ठियां पाने आ रही है अपने। अच्छा चिट्ठियां पाने आ राजे मेरे हुंदा सी अपने जी जा राजे हुंदे सी अपने इन्हें चिट्ठियां पा के लगे जांदे हुंदे सी अपने जी। अच्छा हाँ जी वो जिहड़ा बंदा रखिया हुंदा सी अपने डाकिया उहदे कोल हुंदा सी अपने इह जी अपने जी। अच्छा हाँ जी तो दर्शको ये उस समय की कहिंदे चिट्ठी इहदे विच जांदी हुंदी सीगी इह ते भाषा समझ नहीं आ रही भी कोई शायद अरबी वगैरह हो सकती है ज भाषा समझ क्योंकि मेरी समझ तो बाहर है। अच्छा ये चिट्ठी जाती सी उस समय। हाँ जी जी चिट्ठी आती थी लसेंस का काम करता थी अपने जी। अच्छा दूसरा राजा फिर घेरता हिंदी उन्होंने अपने। अच्छा हाँ जी ये को हों अपने जी इतने असी टीवी तो देखे इतने ना लक दे लैके घोड़सवार लैके जाते डाकिया उस समय का होंगे। हाँ जी वो इतने लक ना बन्ने होंगे कपड़े जहाँ वो पाया होंगे जी अपने जी। ठीक है हाँ जी तो बहुत थोड़ा धन्यवाद तुसी अपना जिहड़ा है कीमती समां दिता तो ये सन तशविंदर सिंह जी खन्ना के नज़दीक पैंदा पिंड दवाला उत्थों दे वसनीक ने बड़ा सभ्याचार संभाल के रखिया होया क्योंकि गल्लां अजे होर भी बहुत सारियां सी क्योंकि समा काफ़ी हो चुकिया दिखाण वाली होर भी बहुत चीज़ां सी जे तुसी शौक रखते हो पुरातन अपने विरसे नाल जुड़ियां चीज़ां नूं देखण दा तां इन्हां कोल जरूर आओ खन्ना के नज़दीक पैंदा पिंड खन्ना समराला रोड ते पिंड दवाला है उत्थे जरूर एक बारी आयो। बाकी जिहड़ा हैगा सब तो मैं समझदा कि अमीर बंदे ओ ने जिन्हां ने अपने सभ्याचार नूं संभाल के रख्या है ये वाकई अंबानी अडानी तो भी जिहड़े हैगे अमीर ने। उम्मीद करदे आ कि यह कवरेज तुहानूं बेहद पसंद आई होगी अगे तो इस तरह की होर कवरेज लैके दोबारा हाज़र होवांगे तद तक मैनूं इजाज़त दिओ कैमरामैन हरप्रीत दे नाल लखविंदर लक्की खन्ना।